ਨਾ ਕੋਈ ਬੋਰਡ ਤੇ ਨਾ ਹੀ ਕੋਈ ਯੂਨੀਵਰਸਿਟੀ, ਘਰੇ ਹੀ ਬਣਾ ਦਿੰਦੇ ਸੀ 10ਵੀਂ 12ਵੀਂ ਦਾ ਜਾਲੀ ਸਰਟੀਫਿਕੇਟ। ਬਸ ਤੁਸੀਂ ਹਜ਼ਾਰਾਂ ਰੁਪਏ ਲੈ ਕੇ ਆਓ ਤੇ ਜਿਹੜਾ ਮਰਜ਼ੀ ਸਰਟੀਫਿਕੇਟ ਲੈ ਜਾਓ। ਤੇ ਹੁਣ ਪੁਲਿਸ ਨੇ ਇਹਨਾਂ ਛਾਤਰਾਂ ਤੇ ਸ਼ਿਕੰਜਾ ਕੱਸਿਆ ਏ ਤੇ ਇਹਨਾਂ ਦੇ ਕੋਲੋਂ 600 ਜਾਲੀ ਸਰਟੀਫਿਕੇਟ ਬਰਾਮਦ ਹੋਏ ਨੇ। ਤਾਂ ਦੱਸ ਦਈਏ ਕਿ ਪੜ੍ਹ ਲਿਖ ਕੇ ਬੜੀ ਮੁਸ਼ਕਲਾਂ ਦੇ ਨਾਲ 10ਵੀਂ 12ਵੀਂ ਦੇ ਸਰਟੀਫਿਕੇਟ ਮਿਲਦੇ ਨੇ, ਪਰ ਇਹ ਨੌਜਵਾਨ ਮਹਿਜ਼ ਚੰਦ ਰੁਪਿਆਂ ਦੇ ਵਿੱਚ ਵਿੱਦਿਆ ਨੂੰ ਵੇਚ ਰਹੇ ਸੀ। ਦੇਖ ਸਕਦੇ ਹੋ ਕਿ ਜਾਲੀ ਸਰਟੀਫਿਕੇਟ ਬਣਾ ਕੇ ਇਹਨਾਂ ਦੇ ਵੱਲੋਂ ਵੇਚੇ ਗਏ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਓਪਨ ਸਕੂਲ ਅਤੇ CBSE ਦੇ ਸਰਟੀਫਿਕੇਟ ਬਣਾਉਣ ਵਾਲੇ ਇੱਕ ਗਰੋਹ ਦਾ ਭਾਂਡਾ ਫੋੜਿਆ ਗਿਆ ਹੈ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹਨਾਂ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਦੇ ਵਿੱਚੋਂ 2 ਮੁਲਜ਼ਮ ਜਿਹੜੇ ਕਿ ਮਾਸਟਰ ਮਾਈਂਡ ਦੱਸੇ ਜਾ ਰਹੇ ਨੇ, ਇੱਕ ਦਾ ਨਾਮ ਰਾਘਵ ਚੱਡਾ ਹੈ ਅਤੇ ਦੂਸਰੇ ਦਾ ਅਨੁਰਾਗ ਡਾਬਰ। ਨਿਊ ਵਿਨੇ ਨਗਰ ਜਲੰਧਰ ਦੇ ਦੋਨੇ ਨੌਜਵਾਨ ਰਹਿਣ ਵਾਲੇ ਦੱਸੇ ਜਾ ਰਹੇ ਨੇ। ਇਹ ਦੋਨੇ ਨੌਜਵਾਨ ਕਈ ਵਾਰ ਜਾਲੀ ਸਰਟੀਫਿਕੇਟ ਬਣਾ ਕੇ ਹੁਣ ਤੱਕ ਹਜ਼ਾਰਾਂ ਲੱਖਾਂ ਰੁਪਏ ਕਮਾ ਚੁੱਕੇ ਨੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ 'ਤੇ ਨਿਗਾਹ ਰੱਖੀ ਜਾ ਰਹੀ ਹੈ। ਜਿਵੇਂ ਹੀ ਪੁਲਿਸ ਨੂੰ ਇਹ ਸੂਚਨਾ ਪ੍ਰਾਪਤ ਹੁੰਦੀ ਹੈ, ਪੁਲਿਸ ਰੇਡ ਮਾਰਦੀ ਹੈ। ਤਾਂ ਪੁਲਿਸ ਜਦ ਰੇਡ ਮਾਰਨ ਗਈ ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਇਹਨਾਂ ਦੇ ਕੋਲੋਂ 600 ਦੇ ਕਰੀਬ ਫਰਜ਼ੀ ਸਰਟੀਫਿਕੇਟ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਸਟੂਡੈਂਟਸ ਦਾ ਡਾਟਾ ਲਿਖਿਆ ਹੋਇਆ ਏ, ਨਾਮ ਅਸਲੀ, ਨੰਬਰ ਜਾਲੀ, ਰੋਲ ਨੰਬਰ ਜਾਲੀ ਅਤੇ ਬੋਰਡ ਵੀ ਜਾਲੀ। ਤਾਂ ਚੰਦ ਰੁਪਿਆਂ ਦੇ ਪਿੱਛੇ ਇਹ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰ ਰਹੇ ਸੀ, ਤਾਂ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 20,000 ਤੋਂ 25,000 ਰੁਪਏ ਇੱਕ ਸਰਟੀਫਿਕੇਟ ਦੇ ਪਿੱਛੇ ਲੈਂਦੇ ਸੀ। 10ਵੀਂ 12ਵੀਂ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਦਾ ਹੁਣ ਪੁਲਿਸ ਨੇ ਪਰਦਾ ਫਾਸ਼ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕੀ ਕੁਛ ਬਰਾਮਦ ਹੋਇਆ ਇਹਨਾਂ ਨੌਜਵਾਨਾਂ ਦੇ ਕੋਲੋਂ। ਇਹ ਜੀ, ਸਾਡੇ ਸਪੈਸ਼ਲ ਸੈੱਲ ਨੇ ਇੱਕ ਗੈਂਗ ਪਕੜਿਆ ਜੀ, ਜਿਹਦੇ ਵਿੱਚ ਉਹਨਾਂ ਨੇ 2 ਬੰਦੇ ਗ੍ਰਿਫਤਾਰ ਕੀਤੇ, ਜਿਹੜੇ ਕਿ ਫੇਕ ਸਰਟੀਫਿਕੇਟਸ CBSE ਬੋਰਡ ਦੇ ਬਣਾ ਕੇ ਲੋਕਾਂ ਨੂੰ ਦਿੰਦੇ ਸੀ ਅਤੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ, 20-20 ਤੋਂ 25-25,000 ਰੁਪਏ ਦੇ ਵਿੱਚ ਉਹਨਾਂ ਨੂੰ ਵੇਚਦੇ ਸੀਗੇ। ਸਰ, 2 ਜਣੇ ਕੌਣ ਹੈ, ਕਿੱਥੇ ਤੋਂ ਜਾਂਦੇ? ਇੱਕ ਮਿਸਟਰ ਅਨੁਰਾਗ ਹੈ ਜੀ, ਜਿਹੜੇ ਕਿ ਕਿਸੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ, ਔਰ ਇੱਕ ਮਿਸਟਰ ਰਾਘਵ ਨੇ ਜਿਹੜੇ ਕਿ ਫਤਿਹਪੁਰੀ ਟਾਂਡਾ ਰੋਡ 'ਤੇ ਉਹਨਾਂ ਦਾ ਦਫ਼ਤਰ ਸੀ, ਜਿਹੜੇ ਕਿ ਕੰਪਿਊਟਰ ਦੇ ਉੱਤੇ ਉਹਨਾਂ ਨੂੰ ਫੇਕ ਸਰਟੀਫਿਕੇਟ। ਪ੍ਰਿੰਸੀਪਲ ਦਾ ਮੇਨ ਕੀ ਰੋਲ ਹੈਗਾ? ਪ੍ਰਿੰਸੀਪਲ ਜਿਹੜੇ ਸੀਗੇ ਉਹ ਡਾਟਾ ਸ਼ੇਅਰ ਕਰਦੇ ਸੀਗੇ ਸਟੂਡੈਂਟਸ ਦਾ ਉਹਨਾਂ ਦੇ ਨਾਲ, ਮਿਸਟਰ ਰਾਘਵ ਨਾਲ, ਅਤੇ ਉਹ ਅੱਗੇ ਫਿਰ ਫੇਕ ਸਰਟੀਫਿਕੇਟ ਬਣਾ। ਪ੍ਰਿੰਸੀਪਲ ਆ ਕਿ ਉਹ ਬੱਚਿਆਂ ਨੂੰ ਆਪ ਭੇਜਦੇ ਸੀ ਉੱਥੇ ਜਾਲੀ ਸਰਟੀਫਿਕੇਟ ਬਣਾਉਣ? ਇਹ ਹਲੇ ਤਫਤੀਸ਼ ਦਾ ਹਿੱਸਾ ਜੀ, ਤਫਤੀਸ਼ ਦੇ ਵਿੱਚ ਆਏਗਾ ਕਿ ਕਿਸ ਤਰ੍ਹਾਂ ਰਾਘਵ ਦਾ ਰਾਬਤਾ ਕਿੱਦਾਂ ਹੈ। ਸਰ, ਇਹ ਆਪਸ 'ਚ ਇੱਕ ਦੂਜੇ ਦੇ ਜਾਣਕਾਰ ਸੀਗੇ ਜੀ? ਰਾਘਵ ਇਹਨਾਂ ਦਾ ਸਟੂਡੈਂਟ ਸੀ? ਇਹ ਤਫਤੀਸ਼ ਦੇ ਵਿੱਚ ਆਏਗਾ ਜੀ, ਵੀ ਉਹਨਾਂ ਦੀ ਆਪਸੀ ਕਿੰਨੀ ਪੁਰਾਣੀ ਜਾਣ ਪਛਾਣ ਹੈ ਔਰ ਕੀ ਕਿਸ ਤਰੀਕੇ ਤੋਂ ਕੰਮ, ਕਦੋਂ ਤੋਂ ਕੰਮ ਕਰ ਰਹੇ। ਕਿੰਨੇ ਸਰਟੀਫਿਕੇਟ ਤੁਹਾਡੇ ਵੱਲੋਂ ਬਰਾਮਦ ਕੀਤੇ ਗਏ, ਹੋਰ ਕੀ ਸਮਾਨ ਕਿਹੜਾ? 600 ਦੇ ਕਰੀਬ ਸਰਟੀਫਿਕੇਟ ਬਰਾਮਦ ਹੋਏ ਜੀ ਉਹਨਾਂ ਕੋਲੋਂ, ਔਰ ਕੰਪਿਊਟਰ ਔਰ ਪ੍ਰਿੰਟਰ ਬਰਾਮਦ ਹੋਏ ਨੇ, ਔਰ 350 ਦੇ ਕਰੀਬ ਇਹ ਆਲਰੇਡੀ ਸਰਟੀਫਿਕੇਟ ਜਾਰੀ ਕਰ ਚੁੱਕੇ। ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਇੱਥੇ? ਮੇਨ ਦਫ਼ਤਰ ਕਿੱਥੇ ਸੀ ਇਹਦਾ? ਇਹ ਫਤਿਹਪੁਰੀ ਦੇ ਵਿੱਚ ਸੀਗਾ ਜੀ, ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਇਹ ਤਫਤੀਸ਼ ਦੇ ਵਿੱਚ ਹਲੇ ਆਏਗਾ ਸਾਡੇ ਕੋਲ ਕਿ ਕਦ ਤੋਂ ਇੱਕ ਦੂਜੇ ਨਾਲ। CBI ਦੇ ਸਰਟੀਫਿਕੇਟ ਬਣਾਉਂਦੇ ਸੀ ਜਾਂ ਹੋਰ ਵੀ ਇਹਨਾਂ ਨੇ? ਹਲੇ ਤੱਕ CBSE ਦੇ ਹੀ ਰਿਕਵਰ ਹੋਏ ਨੇ ਜੀ, ਬਾਕੀ ਤਫਤੀਸ਼ ਦਾ ਹਿੱਸਾ ਹੋਰ ਕਿੱਥੋਂ ਕਿੱਥੋਂ ਆਉਂਦੇ ਆ ਉਹਦੇ ਬਾਰੇ ਦੇਖਿਆ ਜਾਏ।